ਬਾਬੂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਠੀਕ ਠਾਕ ਹੈ ਨਾ? ਹਾਂ ਠੀਕ ਹੈ। ਤੁਹਾਡਾ ਨਾਂ ਕੀ ਹੈ ਜੀ? ਕ੍ਰਿਸ਼ਨ ਸਿੰਘ। ਤੁਹਾਡੇ ਪਿਤਾ ਜੀ ਦਾ? ਕਰਤਾਰੂ। ਦਾਦਾ ਜੀ ਦਾ? ਗੋਪੀ। ਠੀਕ ਹੈ। ਕਿਹੜੇ ਪਿੰਡ ਹੋਏ ਪਾਕਿਸਤਾਨ ਨੂੰ? ਉੱਪਰ ਬਟਾਲਾ। ਉੱਪਰ ਬਟਾਲਾ? ਹਾਂਜੀ ਹਾਂਜੀ। ਜਿਹੜੇ ਪੂਰਾ ਇਲਾਕਾ ਜਿਹੜਾ ਦੇਵਾ ਬਟਾਲਾ ਪਾਉਂਦਾ ਹੈ, ਹਾਂਜੀ, ਉਹਦੇ ਵਿੱਚ ਉੱਪਰ ਬਟਾਲਾ ਸੀ। ਅੱਛਾ। ਉਹ ਪਿੰਡ ਸੀ ਸਾਡਾ ਉੱਪਰ ਬਟਾਲਾ। ਇਹ ਕਿਹੜੇ ਜ਼ਿਲ੍ਹੇ ਚ ਪੈਂਦਾ ਸੀ? ਹਾਂਜੀ। ਜ਼ਿਲ੍ਹਾ ਕਿਹੜਾ ਸੀ ਇਹਦਾ? ਜ਼ਿਲ੍ਹਾ ਹੈਗਾ ਗੁਜਰਾਤ। ਗੁਜਰਾਤ। ਤੇ ਡਾਕਖਾਨਾ? ਡਾਕਖਾਨਾ ਜੱਖਰਾ। ਤਹਿਸੀਲ? ਤਹਿਸੀਲ ਪੇਪਰ। ਠੀਕ ਹੈ। ਤੁਹਾਡੀ ਉਮਰ ਕਿੰਨੀ ਸੀ ਉਦੋਂ ਜਦੋਂ ਪਾਕਿਸਤਾਨ ਬਣਿਆ? ਉਮਰ ਕਿੰਨੀ ਸੀ ਉਦੋਂ? ਉਮਰ? ਹਾਂ ਉਮਰ 45 ਖਤਮ ਹੋ ਗਈ ਹੈ ਹੁਣ। ਹਾਂ 45 ਖਤਮ ਹੋ ਗਈ, 46 ਚੱਲਦਾ ਹੈ। ਅੱਛਾ ਠੀਕ ਹੈ। ਜਦੋਂ ਪਾਕਿਸਤਾਨ ਬਣਿਆ ਉਦੋਂ ਕਿੰਨੀ ਸੀ ਉਮਰ? ਜਿਹੜਾ ਪਾਕਿਸਤਾਨ ਬਣਿਆ ਹੈ ਉਸ ਟਾਈਮ ਦੇ ਉੱਪਰ ਮੈਂ ਫੌਜ ਵਿੱਚ ਚਲਾ ਗਿਆ ਸੀ। ਅੱਛਾ। ਜਿਹੜੇ 25/4/1947 ਨੂੰ ਮੈਂ ਭਰਤੀ ਹੋਇਆ ਸੀ। ਤੇ ਜਨਮ ਕਿਹੜੀ ਤਰੀਕ ਦਾ? ਜਨਮ 25/4/1929। ਵਾਹ ਜੀ ਵਾਹ। ਜਨ ਕੇ 18 ਸਾਲ ਦੇ ਆਇਆ ਸੀ? ਹਾਂਜੀ 18-19 ਸਾਲ ਦੇ ਸੀ ਉਦੋਂ। ਹਾਂਜੀ। ਸਕੂਲ ਗਏ ਸੀ? ਹਾਂਜੀ ਸਕੂਲ ਜਾਂਦੇ ਸੀ। ਸਕੂਲ ਸਕੂਲ ਆਹੋ ਸਕੂਲ ਤੇ ਜੱਖਰਾ ਸੀ। ਜੱਖਰਾ ਸਕੂਲ ਸੀ। ਹਾਂਜੀ। ਤੇ ਉੱਥੇ ਉਰਦੂ ਚੱਲਦਾ ਸੀ ਤੇ ਮੈਂ ਵੀ ਤੇਰੀਆਂ ਕਲਾਸਾਂ ਪੜ੍ਹੀਆਂ ਸੀ। ਤੇਰੀ ਕਲਾਸਾਂ ਪੜ੍ਹ ਕੇ ਤੇ ਮੈਂ ਫੌਜ 'ਚ ਚਲਾ ਗਿਆ। ਫੌਜ 'ਚ ਜਾ ਕੇ ਫਿਰ ਮੈਂ ਤਰੱਕੀ ਕੀਤੀ ਹੈ। ਉੱਥੇ ਮੈਂ ਅੰਗਰੇਜ਼ੀ ਵੀ ਬੜੀ ਅੱਛੀ ਸਿੱਖੀ ਹੈ, ਹਿੰਦੀ ਵੀ ਉੱਥੇ ਸਿੱਖੀ ਹੈ, ਸਭ ਕੁਛ ਉੱਥੇ ਸਿੱਖਿਆ ਮੈਂ। ਠੀਕ ਹੈ। ਕਿਸੇ ਮਾਸਟਰ ਦਾ ਨਾਂ ਚੇਤੇ ਸੀ? ਮਾਸਟਰ ਦਾ ਨਾਂ? ਹਾਂਜੀ ਮਾਸਟਰ ਦਾ ਨਾਂ ਚੇਤੇ ਹੈ। ਸਕੂਲੇ ਕੌਣ ਪੜ੍ਹਾਉਂਦਾ ਸੀ? ਮੇਰਾ ਤਾਇਆ ਸੀ ਇੱਕ, ਉਹ ਉੱਥੇ ਹੈਡ ਮਾਸਟਰ ਸੀ। ਸਾਡਾ ਮੈਂ ਦੱਸਿਆ ਉਸਦਾ ਇੱਕ ਲੜਕਾ ਓਂਕਾਰ ਸੀ, ਉਹ ਵੀ ਉੱਥੇ ਹੈਡ ਮਾਸਟਰ ਸੀ। ਵਾਹ। ਅੱਛਾ ਜੀ। ਤੇ ਓਂਕਾਰ ਜਿਹੜਾ ਮੇਰਾ ਭਰਾ ਹੀ ਲੱਗਦਾ ਸੀ। ਹਾਂ ਓਂਕਾਰ ਦਾ ਜਿਹੜਾ ਪਿਤਾ ਸੀ ਉਹਦਾ ਨਾਂ ਸੀ ਮੈਜਰ। ਕੀ? ਮੈਜਰ। ਉਹਦਾ ਨਾਂ ਸੀ ਮੈਜਰ। ਅੱਛਾ। ਜਿਹੜੇ ਹੈਡ ਮਾਸਟਰ ਸੀ ਉਹ ਸਕੂਲ ਦਾ ਮੈਜਰ। ਮੈਜਰ ਦੇ ਅੱਗੇ ਫਿਰ ਓਂਕਾਰ ਹੋਇਆ। ਤੇ ਹੰਕਾਰ ਹੈ ਜਿਹੜਾ ਉਹ ਵੀ ਉੱਥੇ ਹੈਡ ਮਾਸਟਰ ਲੱਗਿਆ। ਤੁਹਾਡੇ ਜਮਾਤੀਆਂ ਦਾ ਚੇਤਾ? ਜਮਾਤੀ ਜਿਹੜੇ ਪੜ੍ਹਦੇ ਸਨ ਸਕੂਲੇ? ਹਾਂਜੀ ਜਮਾਤੀ ਮੁੰਡੇ।
ਜਵਾਬੀ ਮੁੰਡੇ ਦੇ ਨਾਂ ਦੇ ਨਹੀਂ ਚੇਤੇ ਹੋਰ ਜਾਤ ਲਈ ਠੀਕ ਹੈ। ਤੁਹਾਡਾ ਘਰ ਕਿੱਥੇ ਤੁਸੀਂ ਪਿੰਡ ਚ ਹਾਂਜੀ ਘਰ ਕਿੱਥੇ ਤੁਸੀਂ ਘਰ ਆਹੋ ਘਰ ਜਖੜਾ ਟੋਕਾ ਤੇ ਟੋਕੇ ਦੇ ਉੱਪਰ ਇੱਕ ਟੇਕਰੀ ਸੀ ਪਹਾੜੀ ਦੀ ਉੱਥੇ ਉੱਪਰ ਬਟਾਲਾ ਸੀ ਉੱਪਰ ਦੇ ਡਾਲ ਸੱਥਰ ਸੀ ਸੱਥਰ ਦਾ ਡਾਲ ਪਾਲ ਬਟਾਲਾ ਸੀ ਹਾਂਜੀ ਇਹ ਤਿੰਨ ਚਾਰ ਪਿੰਡ ਜਿਹੜੇ ਡਾਲ ਡਾਲ ਸੀ। ਤੁਹਾਡਾ ਘਰ ਪਿੰਡ ਵਿੱਚ ਕਿੱਥੇ ਤੁਸੀਂ ਵਿਚਕਾਰ ਸੀ ਨਹੀਂ ਹਾਂ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਘਰ ਆਉਂਦਾ ਸੀ ਸਾਡੇ ਘਰ ਦੇ ਵਿੱਚ ਤਿੰਨ ਚਾਰ ਘਰ ਸੀ ਇੱਦਾਂ ਫਿਰ ਕੁਛ ਦੂਸਰੇ ਲੋਕ ਜਿਹੜੇ ਉਹਨਾਂ ਦੇ ਆਪਣੇ ਆਪਣੇ ਚਲਦੇ ਸੀ ਆਪਣੇ ਆਪਣੇ ਵਰਗਾਂ ਦੇ ਵਿੱਚ ਰਹਿੰਦੇ ਸੀ ਤੇ ਸਾਡਾ ਜਿਹੜਾ ਵਰਗ ਹੈ ਇਹ ਸੀ ਚਿੱਬ ਜਗਰਾਤੀ ਸਾਡੀ ਆਲਾ ਜਿਹੜੀ ਚਿੱਬ ਜਗਾਤੀ ਠੀਕ ਹੈ ਸਾਨੂੰ ਚਿੱਬ ਜਗਾਤੀ ਕਹਿੰਦੇ ਸੀ ਤੁਹਾਨੂੰ ਅੱਛਾ ਜੀ ਹਾਂਜੀ ਚਿੱਬ ਜਗਾਤੀ ਏਦਾਂ ਹੈ ਤੇ ਪਿੱਬਰ ਦੇ ਵਿੱਚ ਜਿਹੜਾ ਰਾਜਾ ਸੀ ਉਹ ਸਾਡਾ ਕੁੱਲ ਦੇਵਤਾ ਹੋਇਆ ਉਹਦੇ ਅੱਗੇ ਫਿਰ ਚੱਲਿਆ ਔਰ ਸਾਡਾ ਖਾਨਦਾਨ ਜਿਹੜਾ ਬਹੁਤ ਵੱਡਾ ਖਾਨਦਾਨ ਸੀ ਇੱਥੇ ਗੁਲਾਬ ਸਿੰਘ ਦੇ ਜ਼ਮਾਨੇ ਵਿੱਚ ਗੁਲਾਬ ਸਿੰਘ ਦੇ ਸਟੇਟ ਜੰਮੂ ਹੈ ਜਿਹੜੀ ਇੱਥੇ ਗੁਲਾਬ ਸਿੰਘ ਨੂੰ ਰਾਜਾ ਬਣਾਇਆ ਉਹਦੇ ਬਾਅਦ ਗੁਲਾਬ ਸਿੰਘ ਅੱਗੇ ਫਿਰ ਚੱਲ ਪਿਆ ਫਿਰ ਅੰਗਰੇਜ਼ ਆ ਗਏ ਇਸ ਤਰ੍ਹਾਂ ਕਰ ਕਰਾ ਕੇ ਤੇ ਉਹ ਇਹ ਖਾਦਰ ਵੀ ਚੱਲਦਾ ਰਿਹਾ ਉਹਦੇ ਬਾਅਦ ਫਿਰ ਆਸਤਾ ਆਸਤਾ ਇਹ ਖਾਦਰ ਵੀ ਮਿਟ ਗਿਆ ਇਹ ਪਿੰਡ ਸਾਰਾ ਰਾਜਪੂਤਾਂ ਦਾ ਸੀ ਸਾਰਾ ਰਾਜਪੂਤਾਂ ਰਾਜਾ ਪੁੱਤਾਂ ਦਾ ਪਿੰਡ ਚਿੱਬਾ ਦਾ ਹਾਂ ਸਾਡੇ ਉੱਪਰ ਬਟਾਲੇ ਵਿੱਚ ਉੱਡੀ ਘਰ ਸੀ ਉੱਡੀ ਉੱਡੀ ਦੇ ਉੱਡੀ ਰਾਜਪੂਤ ਸੀ ਨਾਂ ਲੈ ਦਿਓ ਬਜ਼ੁਰਗਾਂ ਦੇ ਹਾਂਜੀ ਨਾਂ ਲੈ ਦਿਓ ਪੁਰਾਣੇ ਬਜ਼ੁਰਗਾਂ ਦੇ ਦਾ ਹਾਂ ਦੱਬੋ ਕਾਵਨ ਚੰਦਦਾਸ ਮੇਰਾ ਪਿਤਾ ਕਰਤਾਰੂ ਮੇਰਾ ਤਾਇਆ ਕਸ਼ਮੀਰੀ ਦੂਜੀ ਜਿਹੜੇ ਪਿੰਡ ਘਰ ਤੇ ਪੈਂਦੇ ਸੀ ਉਹਨਾਂ ਵਿੱਚ ਜਿਹੜੇ ਇਹ ਜਿਆਰਾਮ
ਬੰਤੂ ਫਿਰ ਅੱਗੇ ਚਲ ਜਾਇਆ ਸੇਵਾ ਰਾਬਾ ਇੱਕ ਘਰ ਹੈ ਜਿਹੜਾ ਉਹ ਬ੍ਰਹਮੇ ਦਾ ਸੰਤੂ ਬ੍ਰਹਮੇ ਵਾਸਾ ਨਹੀਂ ਬਣੀ ਠੀਕ ਹੈ ਹਾਂਜੀ ਤੇ ਮੇਲਾ ਕਿੱਥੇ ਲੱਗਦਾ ਸੀ ਮੇਲਾ ਮੇਲਾ ਲੱਗਦਾ ਸੀ ਉੱਥੇ ਕੋਈ ਬਿਰਲਾ ਹਾਂ ਉੱਥੇ ਇੱਕ ਛਿੰਝ ਹੁੰਦੀ ਸੀ ਬਹੁਤ ਵੱਡੀ ਛਿੰਝ ਹੁੰਦੀ ਸੀ ਔਰ ਸਵੇਰੇ ਦੰਗੇ ਲਿਖ ਲੱਗਦਾ ਸੀ ਫਿਰ ਸ਼ਾਮ ਨੂੰ ਬਹੁਤ ਵੱਡੀ ਛਿੰਝ ਹੁੰਦੀ ਸੀ ਵਿਸਾਖੀ ਬਹੁਤ ਵਧੀਆ ਹੁੰਦੀ ਸੀ ਯਾਨੀ ਅਤੇ ਵਿਸਾਖੀ ਜਿਹੜਾ ਹੁੰਦੀ ਸੀ ਅਤੇ ਪੰਜਾਂ ਛੇ ਪਿੰਡਾਂ 'ਤੇ ਜਿਹੜੇ ਲੱਗ ਲੱਗ ਪੈਂਦੀ ਸੀ ਇਹਦੇ ਉਹ ਮੁੰਡੇ ਸਾਰੇ ਦੇ ਸ਼ਾਮ ਨੂੰ ਇਕੱਠੇ ਹੋ ਜਾਂਦੇ ਸੀ ਪੂਰੀ ਪੂਰੀ ਰਾਤ ਭੰਗੜਾ ਪਾਉਂਦੇ ਰਹਿਣਾ ਉਹਨਾਂ ਕਹਿੰਦੀ ਅਤੇ ਵਿਸਾਖੀ ਵਾਲੇ ਦਿਨ ਆਪਣੀ ਆਪਣੀਆਂ ਜਿਹੜੀਆਂ ਛਿੱਬਰ ਲੈ ਕੇ ਤੋੜਾ ਚੱਲਦਾ ਹੈ ਹਾਂਜੀ ਛਿੰਝ ਜਿਹੜੀ ਹੁੰਦੀ ਸੀ ਬੜੇ ਬੜੇ ਪਹਿਲਦਾਰ ਉੱਥੇ ਆਉਂਦੇ ਸੀ ਤੁਹਾਡੇ ਪਿੰਡ ਦਾ ਕੋਈ ਭਲਵਾਨ ਹੈ ਸੀ ਸਾਡੇ ਪਿੰਡ ਦਾ ਭਲਵਾਨ ਕੋਈ ਸੀ ਛੱਪੜ ਹੈ ਪਿੰਡ ਚ ਛੱਪੜ ਹਾਂਜੀ ਛੱਪੜ ਹਰ ਇੱਕ ਪਿੰਡ ਸੀ ਉੱਪਰ ਕਾਲੇ ਵਿੱਚ ਵੀ ਛੱਪੜ ਸੀ ਢੋਕਾ ਵੀ ਛੱਪੜ ਸੀ ਜੱਖਾ ਵੀ ਛੱਪੜ ਸੀ ਪਾਰ ਬਟਾਲਾ ਜਿਹੜਾ ਉੱਥੇ ਵੀ ਛੱਪੜ ਸੀ ਸਭ ਜਗ੍ਹਾ ਛੱਪੜ ਸੀ ਅੱਛਾ ਪੀਣ ਵਾਲਾ ਪਾਣੀ ਛੱਪੜਾ ਦਾ ਪੀਂਦੇ ਸੀ ਹਾਂਜੀ ਪੀਣ ਵਾਲਾ ਪਾਣੀ ਪੀਣ ਵਾਲਾ ਪਾਣੀ ਛੱਪੜਾ ਦਾ ਛੱਪੜਾ ਦਾ ਜੀ ਖੂਹ ਖੂਹ ਇੱਕ ਥਾਂ ਲੇਕਿਨ ਦੂਰ ਹੀ ਤੇ ਛੱਪੜਾ ਦਾ ਹੀ ਪਾਣੀ ਪੀਂਦੇ ਸੀ ਕਹਿੰਦੇ ਤੇ ਪਾਣੀ ਥਾਈ ਨੇ ਖੂਹ ਜਿਹੜੇ ਉਹ ਵੀ ਥੇ ਨੇ ਪਾਣੀ ਥੱਲੇ ਥਾਈ ਨੇ ਤੇ ਖੂਹ ਕਿੱਦਾਂ ਹੋਣੀ ਸੀ ਬੱਟੇ ਬਹੁਤ ਸੀ ਬੱਟੇ ਬੇ ਸਮੇਂ ਬੱਟੇ ਪਹਾੜੀ ਏਰੀਆ ਸੀ ਹੈਂ ਪਹਾੜੀ ਏਰੀਆ ਸੀ ਪਹਾੜੀ ਪਹਾੜੀ ਹਾਂ ਪਹਾੜੀ ਸੀ ਜਿਹੜੇ ਜਦ ਸਾਡਾ ਪਿੰਡ ਹੈ ਉਹ ਪਹਾੜੀ ਦਾ ਵਿੱਚ ਹੀ ਹੈ ਉਹ ਸਾਡੇ ਉੱਪਰ ਫਿਰ ਵੱਡੇ ਵੱਡੇ ਪਹਾੜ ਆ ਜਾਂਦੇ ਸੀ ਹਾਂਜੀ ਅਤੇ ਸਾਡੇ ਪਿੰਡ ਥੱਲੇ ਵਾਲਾ ਪਾਸੇ ਇਹ ਫਿਰ ਬਾਜ਼ਾਰ ਆ ਜਾਂਦਾ ਜੀ ਲੇਕਿਨ ਬੱਟੇ ਬਹੁਤ ਸੀ ਖੇਤੀ ਡਾਵਦਰ ਹੀ ਬੱਟੇ ਬੱਟੇ ਸੀ ਕੀ ਕੰਮ ਕਰਦੇ ਸੀ ਫਿਰ ਬਜ਼ੁਰਗ ਉੱਥੇ ਤੇ ਕੰਮ ਕੋਈ ਖਾਸ ਨਹੀਂ ਸੀ ਵੀ ਉਹਨਾਂ ਕੋਈ ਅੰਮ੍ਰਿਤਸਰ ਆ ਗਿਆ ਕੋਈ ਜਲੰਧਰ ਆ ਗਿਆ ਉਹਨਾਂ ਸ਼ਹਿਰਾਂ ਵਿੱਚ ਜਾ ਕੇ ਮਜ਼ਦੂਰੀ ਵਗੈਰਾ ਕਰਕੇ ਤਾਂ ਆਪਣਾ ਪੇਟ ਪਾਲ ਕਰਦੇ ਸੀ ਭੇਡਾਂ ਬੱਕਰੀਆਂ ਰੱਖੀਆਂ ਵੀ ਠੀਕ ਹੈ ਲੰਬੜਦਾਰ ਕਿਹੜਾ ਸੀ ਪਿੰਡ ਦਾ ਚੰਦਦਾਸ ਹੁਣ ਚੇਤੇ ਆਇਆ ਲੰਬੜਦਾਰ ਚੰਦਦਾਸ ਚੰਦਦਾਸ ਸੀ ਹਾਂਜੀ ਠੀਕ ਹੈ
ਜਦੋਂ ਪਾਕਿਸਤਾਨ ਬਣਿਆ ਰੌਲੇ ਪਏ ਨੇ, ਕਿਵੇਂ ਨਿਕਲੇ ਪਿੰਡੋ? ਹਾਂ ਹਾਂ ਦੱਸੋ। ਜਦੋਂ ਪਾਕਿਸਤਾਨ ਬਣਿਆ ਉਸ ਟਾਈਮ ਦੇ ਉੱਪਰ ਸ਼ਾਮ ਨੂੰ ਨਿਕਲੇ ਸੀ ਅਸੀਂ, ਜਿਹੜੇ 4 ਵਜੇ ਨਾਲ ਪਾਕਿਸਤਾਨ ਦੀ ਫੌਜ ਨੇ ਅਟੈਕ ਕੀਤਾ ਹੈ, ਅਤੇ ਬਾਜਰਾ ਬਹੁਤ ਹੁੰਦਾ ਸੀ ਅਤੇ ਬਾਜਰੇ ਦੇ ਬੋਰੇ ਲੱਗੇ ਸੀ, ਉਹਨਾਂ ਕੇਸਰ ਰੋਡ ਬਾਜਰਾ ਅਤੇ ਬੋਰਿਆਂ ਨੂੰ ਅੱਗ ਲੱਗ ਜਾਣੀ, ਜਿਹੜੇ ਬਾਜਰੇ ਦੇ ਬੋਰੇ ਲੱਗੇ ਸੀ ਉਹਨਾਂ ਨੂੰ ਜਿਹੜੇ ਟੈਸਰ ਰੋਡ ਤੋਂ ਗੋਲੀ ਮਾਰਨੀ ਹੋਣਾ ਅਤੇ ਉੱਥੇ ਅੱਗ ਪੈ ਜਾਂਦੀ, ਤਾਂ ਅੱਗ ਜਦੋਂ ਲੱਗ ਪਈ ਅਤੇ ਸਾਰੇ ਦੇਖਿਆ ਵੀ ਹੁਣ ਇਹ ਤਾਂ ਕਿੱਥੇ ਜਾਈਏ, ਇਹਨਾਂ ਸੋਚਿਆ ਵੀ ਇਹਦਾ ਰੋਲ ਲੁੱਟਮਾਰ ਕਰਦੀਏ ਚਲੇ ਜਾਣਾ ਹੈ, ਇਹ ਘਰੋਂ ਬਾਹਰ ਨਿਕਲੇ ਅਤੇ 2-3 ਮੀਲ ਉੱਪਰ ਪਹਾੜਾਂ ਦੇ ਵਿੱਚ ਆ ਕੇ ਇਹ ਰਹਿ ਗਏ, ਉਹ ਖਬੋਚ ਹੋ ਗਏ, ਉਹ ਚਲੇ ਗਿਆ 4 ਵਜੇ ਉੱਡ ਕੇ ਪਏ, ਉਹਨਾਂ ਫਿਰ ਬਹੁਤ ਕਤਲੇਆਮ ਕੀਤਾ ਹਾਂਜੀ, ਅਤੇ ਸਾਡੇ ਘਰ ਦੇ ਜਿਹੜੇ ਇੱਕ ਦੇ ਠਹਿਰੇ ਨਹੀਂ, ਇਹ ਦੇਖੋ ਨਿਕਲਦੇ ਨਿਕਲਦੇ ਜੰਮੂ ਆ ਗਏ, ਜੰਮੂ ਆ ਕੇ ਅਤੇ ਪਠਾਨਕੋਟ ਆ ਗਏ, ਅੱਗੇ ਫਿਰ ਕੈਂਪ ਪੁੱਲ ਲੱਗੇ ਅਤੇ ਕੈਂਪ ਦੇ ਵਿੱਚ ਰਹਿਣਾ ਸ਼ੁਰੂ ਹੋ ਗਈ। ਸਾਰੇ ਆ ਗਏ ਬਚ ਕੇ? ਹਾਂਜੀ ਸਾਰੇ ਆ ਗਏ। ਹਾਂ ਸਾਰੇ ਬਚ ਗਏ, ਕੋਈ ਕਤਲ ਤਾਂ ਨਹੀਂ ਹੋਇਆ, ਮਾਰਿਆ ਨਹੀਂ ਗਿਆ? ਸਾਡੇ ਸਾਡੇ ਖਾਨਦਾਨ ਦੇ ਵਿੱਚ ਵੀ ਕੋਈ ਨਹੀਂ ਮਰਿਆ, ਕੋਈ ਰਹਿ ਨਹੀਂ ਗਿਆ ਉੱਥੇ? ਹਾਂ ਨਹੀਂ, ਹਾਂ ਉੱਥੇ 3 ਆਦਮੀ ਆਏ ਆ, ਇੱਕ ਠਾਕਰ ਦੁਆਰਾ ਦਾ ਪੰਡਿਤ ਸੀ, ਕਾਫੀ ਉਮਰ ਦਾ ਸੀ, ਉਹ ਵੀ ਉੱਥੇ ਰਹਿ ਗਿਆ, ਇੱਕ ਹੋਰ ਬਜ਼ੁਰਗ ਬਹੁਤ ਸੀ, ਉਹ ਦੋਨੇ ਬੀਜਾਂ ਵੀ ਚੱਲ ਨਹੀਂ ਸਕਦੇ, ਉਹ ਵੀ ਉੱਥੇ ਰਹਿ ਗਏ, ਬਾਕੀ ਹੋਰ ਦੇਸ਼ ਹੈ। ਕੀ ਨਾਂ ਸੀ ਉਹਨਾਂ ਦੇ ਮੀਆਂ ਬੀਬੀ ਦੇ? ਜਗੜਾ, ਇੱਕ ਦਾ ਨਾਂ ਸੀ ਜਗੜਾ ਅਤੇ ਦੂਜੇ ਦਾ ਜਿਹੜਾ ਪੁਜਾਰੀ ਸੀ ਉਹਦਾ ਨਾਂ ਸੀ ਖੁੱਲੋ। ਠੀਕ ਹੈ, ਰਹਿ ਗਏ ਉੱਥੇ ਹੀ ਉਹ। ਹਾਂਜੀ ਫਿਰ ਤੁਸੀਂ ਜਦੋਂ ਆ ਗਏ ਰਿਆਸ ਜੰਮੂ, ਹਾਂ ਫਿਰ ਕੀ ਕੀ ਵੇਖਿਆ? ਜੰਮੂ ਜਿਹੜੇ ਆਏ ਹੈ ਤੇ ਬੈਂ ਲੈਂਦੀ ਸੀ, ਬੈਂ ਪਰਿਵਾਰ ਦਾ ਰਾਜ ਲੈਂਦੀ ਸੀ, ਬੈਂ ਤਾਂ ਫੌਜ ਵਿੱਚ ਸੀ, ਫੌਜ ਭਰਤੀ ਹੋ ਗਏ ਸੀ। ਅੱਛਾ ਹਾਂਜੀ ਹਾਂਜੀ, ਇਹਨਾਂ ਨਾਲ ਕੀ ਹੋਇਆ ਇਸ ਦੇ ਬਾਰੇ ਨਹੀਂ ਮੈਨੂੰ ਨਹੀਂ ਪਤਾ, ਕਿਉਂਕਿ ਮੈਂ ਤਾਂ ਦੇਖਿਆ ਨਹੀਂ, ਅਤੇ ਘਰ ਵਾਲੇ ਜਿਹੜੇ ਇਹ ਵੀ ਮੇਰਾ ਬੜਾ ਭਾਈ ਆ ਜਾਂਦਾ, ਉਹਦੇ ਆ ਕੇ ਧੁੱਪ ਧੁੱਪੇ ਆ ਗਏ, ਮੈਂ ਤਾਂ ਜਲੰਧਰ ਤੇ ਰਿਕਰੂਟੀ ਕਰਦਾ ਸੀ ਉਹਦੇ। ਅੱਛਾ ਰਿਕਰੂਟੀ ਕਰ ਰਹੇ ਸੀ ਉਦੋਂ? ਹਾਂ ਕੀ ਦੱਸਦੇ ਹਾਂ ਵੈਸੇ, ਦੱਸਦੇ ਕੀ ਹਾਂ ਸਾਨੂੰ ਤੁਹਾਡੇ ਪਿੰਡ ਦੇ ਬਜ਼ੁਰਗ ਕਿਵੇਂ ਕਿਵੇਂ ਆਏ, ਕੀ ਦੱਸਦੇ ਸਾਨੂੰ ਕਿੱਦਾਂ ਕਿੱਦਾਂ? ਤੁਹਾਨੂੰ ਦੱਸਿਆ ਹੀ ਹੋਏਗਾ ਕਿਵੇਂ ਆਏ, ਕਿੱਥੇ ਕਿੱਥੇ ਗਏ, ਕਿੱਥੇ ਕਿੱਥੇ? ਹਾਂ ਜੰਮੂ ਆਏ, ਜੰਮੂ ਤੋਂ ਪਠਾਨਕੋਟ, ਪਠਾਨਕੋਟ ਤੋਂ ਮੇਰੇ ਕੋਲ ਜਲੰਧਰ ਆ ਕੇ, ਜਲੰਧਰ ਤੋਂ ਫਿਰ ਉੱਚੀ ਬੱਚੀ ਗਏ, ਉੱਚੀ ਬੱਚੀ ਤੋਂ ਫਿਰ ਟੌਂਛਾ ਪਿੰਡ ਹੈ ਜਿਹੜਾ ਉੱਥੇ ਚਲੇ ਗਏ, ਕਲਾਚੌਰ ਲੱਗ ਗਏ। ਹਾਂ ਤੁਹਾਡੇ ਕੋਲ ਹੈ? ਅੱਛਾ ਉੱਥੇ ਨੇ। ਹਾਂ
ਇੱਥੇ ਕਿਵੇਂ ਪੁੱਛੇ ਆ? ਕਿਹੜਾ ਪਿੰਡ ਜਿੱਥੇ ਤੁਸੀਂ ਬੈਠੇ? ਆਹ ਕਿਹੜਾ ਪਿੰਡ ਹੈ? ਸ਼ੇਖਾ ਹੈ, ਸ਼ੇਖਾ ਇਸ ਪਿੰਡ ਦਾ ਹੈ ਸ਼ੇਖਾ। ਇੱਥੇ ਕਿਵੇਂ ਪਹੁੰਚੇ? ਇੱਥੇ ਜਿਹੜਾ ਉੱਥੇ ਅਸੀਂ ਪਹੁੰਚ ਗਏ ਹੈ, ਧੋਖੇ ਦਲ ਪਹੁੰਚ ਗਏ ਤੇ ਮੇਰੀ ਸ਼ਾਦੀ ਜਿਹੜੀ ਇੱਥੇ ਹੋਈ ਸ਼ੇਖਾ ਚ। ਅੱਛਾ, ਜਿਹੜਾ ਮੇਰੀ ਸ਼ਾਦੀ ਇੱਥੇ ਹੋਈ ਤੇ ਇਹਨਾਂ ਫਿਰ ਜ਼ੋਰ ਭਰਿਆ ਤੇ ਤੂੰ ਇੱਥੇ ਆ ਗਿਆ ਤੇ ਤੂੰ ਇੱਥੇ ਸ਼ੇਖਾ ਜਾ ਗਿਆ ਤੇ ਮੈਂ ਸ਼ੇਖਾ ਜਾ ਗਿਆ ਤੇ ਮੇਰਾ ਭਾਈ ਹੈ ਜਿਹੜਾ ਉਹ ਉੱਥੇ ਰਹਿ ਗਿਆ, ਉੱਥੇ ਹੀ ਉੱਥੇ ਪਰਮਾਤਮਾ ਉੱਥੇ ਹੀ ਹੈ ਤੇ ਮੈਂ ਇੱਥੇ ਆ ਗਿਆ। ਇੱਥੇ ਆ ਗਏ, ਇੱਥੇ ਆ ਗਏ ਤੇ ਮੇਰੇ ਲੜਕੇ ਦੋ ਹੋਏ, ਲੜਕੀਆਂ ਤਿੰਨ ਹੋਈਆਂ ਤੇ ਅੱਛਾ ਦੋ ਹੀ ਭਾਈ ਸੀ। ਠੀਕ ਹੈ, ਮੇਰੇ ਬੜੇ ਭਾਈ ਦਾ ਨਾਂ ਹੰਸਰਾਜ ਤੇ ਮੇਰਾ ਨਾਂ ਕ੍ਰਿਸ਼ਨ। ਮੇਰੇ ਅੱਗੇ ਲੜਕੇ ਪੰਜ ਹੋਏ, ਜਿਹਨਾਂ ਚ ਦੋ ਵਰਗੇ ਆ, ਤਿੰਨ ਬਿਕੰਬਰ, ਤਿੰਨ ਹੈਗੇ ਆ। ਬੜਾ ਭਾਈ ਆ ਜਿਹੜਾ ਉਸਦੇ ਤਿੰਨ ਲੜਕੇ ਸੀ, ਚਾਰ ਕੁੜੀਆਂ ਸੀ ਜਿਹੜੇ ਉਹ ਉੱਥੇ ਹੀ ਰਹਿੰਦੇ। ਭਾਈ ਵੀ ਮਰ ਗਿਆ ਤੇ ਉਹਦੇ ਘਰ ਵਾਲੇ ਵੀ ਮਰ ਗਏ ਤੇ ਉਹ ਅੱਗੇ ਉਹਨਾਂ ਦੇ ਬੱਚੇ ਹੈਗੇ। ਆ ਜਿਹੜਾ ਪਿੰਡ ਸ਼ੇਖਾ, ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਨੇ? ਹਾਂਜੀ, ਸ਼ੇਖਾ ਦੇ ਦੁਆਲੇ ਦੁਆਲੇ ਕਿਹੜੇ ਪਿੰਡ ਨੇ? ਸ਼ੇਖਾ ਦੇ ਦੁਆਲੇ, ਸ਼ੇਖਾ ਦੇ ਦੁਆਲੇ ਬਖਤੀਆ, ਪਡੋੜੀ, ਭੱਬੂਆਲ, ਕਕਰਾਲੀ, ਬਡੋਕਾ, ਠੀਕ ਹੈ, ਕਠੌਰ, ਰੰਗਵਾਲ, ਸ਼ਾਸਨ ਬੱਲਾ, ਰਾਮ ਡੋਰਾਲੀ, ਇਹ ਪਿੰਡ ਸੀ। ਇਹ ਸ਼ੇਖਾ ਦਾ ਇਹਦੀ ਤਹਿਸੀਲ ਕਿਹੜੀ ਪੈਂਦੀ ਹੈ? ਤਹਿਸੀਲ ਦਸੂਆ। ਤੇ ਜ਼ਿਲ੍ਹਾ? ਜ਼ਿਲ੍ਹਾ ਜ਼ਿਲ੍ਹਾ ਹੁਸ਼ਿਆਰਪੁਰ। ਜਦੋਂ ਤੁਸੀਂ ਆਏ ਆ ਪਿੰਡ ਚ, ਇਹ ਪਿੰਡ ਕਿਹੋ ਜਿਹਾ ਸੀ? ਇੱਥੇ ਕੁੱਟਣੀ ਸੀ, ਇੱਥੇ ਕੁੱਲੀਆਂ ਸੀ, ਕੱਖਰ ਦੀਆਂ ਕੁੱਲੀਆਂ ਸੀ। ਇੱਥੇ ਬੁਸਰਦਾ ਰਹਿੰਦੇ, ਬੁਸਰਦਾ ਦੇ ਉੱਤੇ ਚਲੇ ਗਏ ਤੇ ਬੁਸਰਦਾ ਨੇ ਕੀ ਕੀਤਾ ਵੀ ਕੋਠੇ ਬਣਾਏ ਸੀ ਤੇ ਉੱਪਰ ਛੱਡਾਂ ਪਾਈ ਦੀਆਂ ਸੀ ਉਹਨੇ। ਉਹ ਜਿਹੜੇ ਉੱਥੇ ਚਲੇ ਗਏ ਤੇ ਇੱਥੇ ਜਿਹੜਾ ਛੱਡਾਂ ਬਚਾ ਕੇ, ਇਹਨਾਂ ਕੋਲ ਸਾਧਨ ਤਾਂ ਥਾਂ ਨਹੀਂ, ਉਹ ਲੱਕੜੀਆਂ ਵੇਚਣੀਆਂ ਲੈ ਕੇ ਜਾਣਾ ਤਾਂ ਸਾਰਾ ਕੁਛ ਕਰਨਾ ਆ। ਇਸ ਤਰ੍ਹਾਂ ਕਰਕੇ ਬਹੁਤ ਬੁਰੀ ਹਾਲਤ ਨਾਲ ਇਹਨੇ ਪਾਣੀ ਪੀ ਤਾਂ ਨਹੀਂ ਸੀ ਮਿਲਦਾ, ਮਸਤੀਆਂ ਤੋਂ ਪਾਣੀ ਲਿਆਉਣਾ, ਫਿਰ ਇਹਨੂੰ ਜਾ ਕੇ ਪਾਣੀ ਲਿਆਉਣਾ ਪਿੰਡ ਵਿੱਚ, ਹਾਲੇ ਵੀ ਇੱਕ ਨਲਕਾ ਹਾ ਉਹ ਪੀਂਦਾ ਹੀ ਰਹਿੰਦਾ ਸੀ। ਅੱਜ ਤੁਸੀਂ ਦੱਸਿਆ ਸੀ ਕਿ ਇੱਥੇ ਅੱਗ ਲੱਗ ਜਾਂਦੀ ਹੁੰਦੀ ਸੀ? ਹਾਂਜੀ, ਅੱਗ ਲੱਗ ਜਾਂਦੀ ਹੁੰਦੀ ਸੀ, ਦੱਸੋ ਕਹਾਣੀ। ਹਾਂ, ਅੱਗ ਜਦੋਂ ਲੱਗਦੀ ਸੀ ਤਾਂ ਕੁੱਲੀਆਂ ਕੱਖਾਂ ਦੀਆਂ ਕੁੱਲੀਆਂ ਸੀ, ਉਹ ਜਲ ਜੁਲ ਜਾਂਦੀ ਸੀ, ਹਰ ਸਾਲ ਲੱਗਦੀ ਸੀ। ਉਹਨਾਂ ਦਾ ਚੁੱਲ੍ਹਿਆਂ ਵਿੱਚ ਰੋਟੀਆਂ ਬਣਾਉਂਦੇ ਸੀ,
ਤੇ ਚੁੱਲ੍ਹੇ ਖੁੱਲ੍ਹੇ ਬਰਸਾਤ ਵਿੱਚ ਹੀ ਹੁੰਦੇ ਸੀ। ਆਵਾਜ਼ਾਂ ਕਦੇ ਤੱਕ ਸ਼ਿਕਾਰੀ ਪੈਰੀ ਲੱਗ ਜਾਂਦੇ। ਬਾਅਦ ਚ ਇੱਥੇ ਕੋਈ ਬਰਕਾਤ ਪੱਕਾ ਨਹੀਂ ਸੀ ਵੀ ਸਭ ਖੁੱਲੀ ਹੈ। ਫਿਰ ਕੀ ਉਪਾਅ ਕੀਤਾ ਤੁਸੀਂ ਜਦੋਂ ਅੱਗ ਲੱਗਦੀ ਸੀ? ਉਪਾਅ ਕੀ ਕੀਤਾ ਫਿਰ? ਹਰੇ ਉਪਾਅ ਕੀ ਕੀਤਾ ਗਾ? ਪੂਜਾ ਪਾਠ ਕਰਨੀ ਸ਼ੁਰੂ ਕਰਤੀ ਤੇ ਇੱਥੇ ਜਗ੍ਹਾ ਸੀ, ਉੱਥੇ ਥੋੜਾ ਬਹੁਤ ਪੜਾਵਾ ਵਗੈਰਾ ਸ਼ੁਰੂ ਕਰ ਦੇਣਾ। ਅੱਛਾ, ਅੱਜ ਉੱਥੇ ਲਗਾਤਾਰ ਜੋਤ ਜਲਦੀ ਹੈ ਹਾਂਜੀ, ਤੇ ਇਸ ਪਿੰਡ ਦੀ ਹਾਲਤ ਜਿਹੜੀ ਅੱਛੀ ਹੋ ਗਈ ਹੈ। ਜਿਹੜੀ ਹਰ ਇੱਕ ਚੀਜ਼ ਪਿੰਡ 'ਚ ਮੌਜੂਦ ਹੈ, ਨੌਕਰੀ ਪੇਸ਼ਾ ਵੀ ਠੀਕ ਹੈ, ਪੜ੍ਹਾਈ ਵੀ ਠੀਕ ਹੈ। ਤੇ ਪਹਿਲਾਂ ਦੁੱਖ 'ਚ ਥਾ ਉਹ ਬਹੁਤ ਬਹੁਤ ਮਾੜੀ ਹਾਲਤ ਸੀ। ਹਾਂਜੀ, ਸੜਕਾਂ ਕਿਹੋ ਜਿਹੀਆਂ ਸਨ ਇੱਥੇ? ਹਾਂਜੀ, ਸੜਕਾਂ ਕਿਹੋ ਜਿਹੀਆਂ ਹੁੰਦੀਆਂ ਸਨ? ਸੜਕ ਕਿੱਥੇ ਸੀ ਇੱਥੇ? ਕੋਈ ਸੜਕ ਨਹੀਂ ਸੀ, ਬਿਲਕੁਲ ਕੋਈ ਸੜਕ ਨਹੀਂ ਸੀ। ਰਾਤ ਬੜੇ ਮੁਸ਼ਕਲ ਦਾ ਚੱਲਦੇ ਸੀ ਇੱਥੇ, ਤਾਂ ਸਰੂਟ ਹੀ ਸਰੂਟ ਸੀ, ਬੇਲਾ ਹੀ ਬੇਲਾ ਸਾਰਾ, ਪਤਾ ਨਹੀਂ ਲੱਗਦਾ ਸੀ ਵੀ ਪਿੰਡ ਕਿੱਥੇ ਹੈ ਕਿੱਥੇ ਨਹੀਂ ਸੀ। ਮੈਂ ਇੱਕ ਦਿਨ ਜੰਮੂ ਚੋਂ ਆਇਆ ਤਾਂ ਪੂਰੀ ਰਾਤ ਮੈਂ ਪਿੰਡ ਸੁਣਦਾ ਰਿਹਾ, ਮੈਨੂੰ ਪਿੰਡ ਨਹੀਂ ਲੱਭਾ। ਸਵੇਰੇ 4 ਵਜੇ ਖੇਤਾਂ 'ਚ ਇੱਕ ਬੰਦੇ ਨੇ ਅੱਗ ਬਾਲੀ ਤੇ ਮੈਂ ਉਸ ਅੱਗ ਨੂੰ ਦੇਖ ਕੇ ਉੱਥੇ ਗਿਆ ਤੇ ਉਹਨੂੰ ਪੁੱਛਿਆ, ਤੂੰ ਕਹਿੰਦਾ ਵੀ ਇਹ ਪਿੰਡ ਇੱਥੇ ਹੀ ਹੋ, ਫਿਰ ਮੈਨੂੰ ਸਾਰਾ ਕੁਝ ਲੈ ਮਿਲ ਗਿਆ। ਇਹ ਹਾਲਤ ਸੀ। ਬੱਸ ਜਾਂਦੀ ਸੀ ਹੁਸ਼ਿਆਰਪੁਰ ਨੂੰ? ਹਾਂਜੀ, ਚੜ੍ਹ ਕੇ ਹੁਸ਼ਿਆਰਪੁਰ ਬੱਸ ਜਾਂਦੀ ਸੀ। ਬੱਸ ਹੁਸ਼ਿਆਰਪੁਰ ਜਾਂਦੀ ਸੀ, ਬੱਸ ਹੁਸ਼ਿਆਰਪੁਰ ਨੂੰ ਬੱਸ ਕਰਦੀ ਸੀ ਤੇ ਇੱਕ ਜਾਂਦੀ ਸੀ ਕਦੀ, ਔਰ ਬਾਕੀ ਦਸੂਏ ਦੇ ਵੀ ਬੱਸ ਨਹੀਂ ਜਾਂਦੀ ਸੀ। ਚੋਰ ਸਨ ਬੜੇ, ਚੋਰ ਕਿਵੇਂ ਲੰਘਦੀ ਸੀ? ਚੋਰ ਬਹੁਤ ਹੁਸ਼ਿਆਰਪੁਰ ਤੋਂ ਲੈ ਕੇ ਗੜ ਸਕਦੀ 8 ਚੋਰ ਪੈਂਦੇ ਸੀ ਕਦੀ, ਤੇ 8 ਚੋਰ ਜਿਹੜੇ ਪੈਣੇ ਤੇ ਗੱਡੀ 'ਚ ਉਤਰ ਜਾਣਾ, ਧੱਕੇ ਲਾਉਣੇ ਤੇ ਗੱਡੀ 'ਤੇ ਚੜ ਪੈਣਾ। ਜਿਹੜੀ 3-4 ਘੰਟੇ ਦੇ ਵਿੱਚ ਉਹਨੇ ਇੱਥੇ ਪੁੱਜਣਾ ਗੜ ਲਾਉਣਾ। ਹਾਂਜੀ, ਤੇ ਅੱਜ ਕੱਲ੍ਹ 20 ਮਿੰਟ ਗੜ ਤੋਂ 20 ਮਿੰਟ ਲੱਗਦੇ ਹੈ ਹੁਸ਼ਿਆਰਪੁਰ ਤੱਕ। ਤੁਹਾਡਾ ਫਿਰ ਜੀ ਲੱਗਿਆ ਪਾਕਿਸਤਾਨ ਆ ਕੇ ਇਸ ਪਿੰਡ 'ਚ? ਫਿਰ ਉਹ ਜੀ ਲੱਗਣ ਦੀ ਜਿਹੜੀ ਗੱਲ ਹੈ, ਉਹ ਤੇ ਫਿਰ ਕਰਨਾ ਵੀ ਕੀ ਸੀ, ਕਿੱਥੇ ਜਾਣਾ ਸੀ, ਕੋਈ ਚਾਰਾ ਨਹੀਂ ਸੀ। ਆਖਿਰਕਾਰ ਜਿਹੋ ਜਿਹੀ ਹਾਲਤ 'ਚ ਉੱਦਾਂ ਰਹਿਣੇ ਪਿਆ। ਹਾਲਾਂਕਿ ਇਹੋ ਜਿਹੀ ਹਾਲਤ 'ਚ ਕੋਈ ਰਹਿਣਾ ਨਹੀਂ ਚਾਹੁੰਦਾ, ਲੇਕਿਨ ਮਜ਼ਬੂਰੀ ਹੈ। ਉਦੋਂ ਪਿਆਰ ਮੁਹੱਬਤ ਬੜਾ ਹੁੰਦਾ ਸੀ, ਆਪਸ ਵਿੱਚ ਪਿਆਰ ਬੜਾ ਹੁੰਦਾ ਸੀ ਲੋਕਾਂ ਦਾ। ਹਾਂ, ਪਿਆਰ ਬੜਾ, ਸਾਂਝ ਬੜੀ ਹੁੰਦੀ ਸੀ ਲੋਕਾਂ 'ਚ, ਪਿਆਰ ਥਾ ਜੋ ਲੋਕਾਂ 'ਚ ਇੱਡਾ ਪਿਆਰ ਥਾ ਕਿ ਇੱਕ ਦੂਜੇ ਦੀ ਮਦਦ ਕਰਦੇ ਸੀ। ਲੇਕਿਨ ਅੱਜ ਕੱਲ੍ਹ ਦੇ ਇਹ ਹੈ,
ਠੀਕ ਹੈ। ਪਿੰਡ ਚੇਤੇ ਆਉਂਦਾ ਪਿਛਲਾ ਪਾਕਿਸਤਾਨ ਵਾਲਾ ਹੁਣ? ਹਾਂ ਉਹ ਜਨੇ ਭੂਮੀ ਹੈ ਉਹ ਨਹੀਂ ਭੁੱਲਦੀ, ਉਹ ਭੁੱਲਦੀ ਨਹੀਂ, ਉਹ ਤਾਂ ਸੁਪਨੇ ਵਿੱਚ ਨਜ਼ਰ ਆਉਂਦੀ ਰਹਿੰਦੀ ਹੈ, ਅਜੇ ਵੀ ਆਉਂਦੀ ਸੁਪਨੇ ਚ। ਕਦੀ ਕਦੀ ਸੁਪਨੇ ਚ ਪਹੁੰਚ ਜਾਂਦੇ ਪਿੰਡ ਫਿਰ? ਦੇ ਮੈਂ ਹਾਲਾਂਕਿ ਮੇਰੇ ਚੱਲ ਨਹੀਂ ਹੁੰਦਾ, ਲੇਕਿਨ ਅਗਰ ਕੋਈ ਇਹੋ ਜਿਹਾ ਸਾਧਨ ਮਿਲਦਾ ਨੀ ਤੇ ਮੈਂ ਉੱਥੇ ਜਾ ਕੇ ਦੇਖ ਕੇ ਮੇਰਾ ਲੜਕਾ ਤੱਕ ਮੈਂ ਉੱਥੇ ਦੇਖ ਕੇ ਆਵਾਂ, ਪਿੰਡ ਦੇਖ ਕੇ ਆਵਾਂ। ਹਾਂਜੀ ਇਹ ਕਰਮ ਭੂਮੀ ਹੈ, ਇਹ ਭੁੱਲਦੀ ਨਹੀਂ ਭੁੱਲਦੀ। ਹਾਂਜੀ ਉੱਥੇ ਮੁਸਲਮਾਨ ਵੀ ਹੈ ਸਨ ਪਿੰਡ ਚ? ਨਹੀਂ ਘਰ ਮੁਸਲਮਾਨ ਨਹੀਂ ਸਨ, ਕੋਈ ਮੁਸਲਮਾਨ ਨਹੀਂ ਸੀ। ਠੀਕ ਹੈ। ਤੁਹਾਡਾ ਕੋਈ ਯਾਰ ਬੇਲੀ ਮੁੰਡਾ ਹੈ? ਯਾਰ ਬੇਲੀ ਮੁੰਡਾ ਹੈ ਸੀ ਕੋਈ ਮੁੰਡੇ ਯਾਰ ਬੇਲੀ? ਯਾਰ ਬੇਲੀ ਯਾਰ ਬੇਲੀ ਮੁੰਡੇ ਭੀਮੂ ਸੀ, ਸੱਜੂ ਸੀ, ਇਹ ਦੋਵੇਂ ਇੱਧਰਲੇ ਮੇਰੇ ਹਾੜੀ ਸੀ, ਅੰਗਰੇਜ਼ੂ ਸਾ ਇਸ ਤਰ੍ਹਾਂ ਕਰਕੇ। ਬਾਕੀ ਉਹ ਵੀ ਖਤਮ ਹੋ ਚੁੱਕੇ, ਮੁੜ ਕੇ ਨਹੀਂ ਮਿਲੇ ਯਾਰ, ਕਦੀ ਨਹੀਂ ਮਿਲੇ। ਉਹ ਵੀ ਦੇਖ ਲਿਓ, ਉਹ ਕਿਤੇ ਕਿਤੇ ਕੋਈ ਜੰਮੂ ਉੱਧਰ ਕਹਿੰਦਾ ਹੈ, ਕੋਈ ਕਿਤੇ ਰਹਿ ਗਿਆ, ਕੋਈ ਕਿਤੇ ਰਹਿ ਗਿਆ, ਕੋਈ ਕਿਤੇ ਰਹਿ ਗਿਆ, ਜਿੱਥੇ ਜਿੱਥੇ ਕਿਸੇ ਛੱਤ ਲੱਗੀ ਉੱਥੇ ਰਹਿ ਗਿਆ, ਇਕੱਠੇ ਨਹੀਂ ਹੋਏ ਕਿਤੇ ਨਹੀਂ ਇਕੱਠੇ। ਤੁਸੀਂ ਇੱਥੇ ਵਿਆਹ ਹੋਣ ਕਰਕੇ ਨਿਖੜ ਗਏ ਇੱਥੋਂ, ਵਿਆਹ ਹੋਣ ਕਰਕੇ ਤੁਸੀਂ ਇਸ ਪਿੰਡ ਚ ਆ ਗਏ? ਹਾਂਜੀ ਤੁਸੀਂ ਵਿਆਹ ਹੋਣ ਕਰਕੇ ਇਸ ਪਿੰਡ ਚ ਆ ਕੇ ਨਿਖੜ ਗਏ? ਹਾਂ ਵਿਆਹ ਕਰਕੇ ਮੈਂ ਇੱਥੇ ਆ ਗਿਆ, ਤੇ ਜੇ ਵਿਆਹ ਕਰਕੇ ਇੱਥੇ ਜਾਂਦਾ ਤੇ ਮੈਂ ਵੀ ਉਹਨਾਂ ਦਾ ਉੱਥੇ ਹੁੰਦਾ। ਇਸ ਤਰ੍ਹਾਂ ਕਰਕੇ ਤੇ ਹਾਲਤ ਵੀ ਬਹੁਤ ਖਰਾਬ ਸੀ, ਹੁਣ ਤਾਂ ਹਾਲਤ ਠੀਕ ਹੈ ਲੇਕਿਨ ਕਾਫੀ ਖਰਾਬ ਰਹੀ ਹੈ। ਦਿਨ ਬੜੇ ਮਾੜੇ ਵੇਖੇ ਨੇ? ਹਾਂਜੀ ਦਿਨ ਬੜੇ ਮਾੜੇ ਵੇਖੇ ਉਹ ਫਿਰ। ਹਾਂਜੀ ਤੇ ਕੱਖੇ ਕੁਲੀ ਚ ਰਹਿੰਦਾ ਤੇ ਉਹ ਤੇ ਉੱਠ ਕੋਠੀਆਂ ਵੀ ਲੀਏ। ਠੀਕ ਹੈ। ਤੁਸੀਂ ਰੌਲੇ ਪੈਣ ਤੋਂ ਪਹਿਲੇ ਭਰਤੀ ਹੋ ਗਏ ਸੀ? ਹਾਂਜੀ ਰੌਲੇ ਪੈਣ ਤੋਂ ਪਹਿਲੇ ਫੌਜ ਵਿੱਚ ਭਰਤੀ ਹੋ ਗਏ ਸੀ? ਹਾਂ ਪਹਿਲੇ ਹੋ ਗਏ। ਜਿਹੜੇ ਰੌਲਾ ਪੈ ਤੋਂ ਪਹਿਲਾਂ ਤਾਂ ਭਰਤੀ ਹੋ ਗਏ ਸੀ, ਇਹ ਰੌਲਾ ਜਿਹੜਾ ਪਿਆ ਲੈ ਇਹ ਪਿਆ ਅਗਸਤ ਚ। ਅਗਸਤ ਜੀ ਪਿਆ? ਹਾਂਜੀ ਅਗਸਤ ਚ ਜਿਹੜੇ ਬਟਵਾਰਾ ਹੋ ਗਿਆ, ਜਿਹੜੀ ਜ਼ਮੀਨ ਉੱਧਰ ਜਾ ਰਹੀ ਸੀ ਉੱਧਰ ਚਲੇ ਗਏ, ਜਿਹੜੇ ਇੱਧਰ ਆਉਣੇ ਸੀ ਇੱਧਰ ਚਲੇ ਗਏ, ਇਹ ਲੇਸਾਂ ਪਹਿਲੇ ਸਾਲ ਇੱਕ ਮੇਰੇ ਪਹਿਲਾਂ ਹੀ ਬਣ ਗਈ ਹੈ। ਹਾਂਜੀ ਜਦੋਂ ਤੁਸੀਂ ਫੌਜ ਵਿੱਚ ਭਰਤੀ ਹੋ ਤੁਹਾਡੀ ਡਿਊਟੀ ਲੱਗੀ ਕਿਤੇ? ਹਾਂਜੀ ਜਦੋਂ ਫੌਜ ਵਿੱਚ ਭਰਤੀ ਹੋ ਗਏ ਤੁਹਾਡੀ ਡਿਊਟੀ ਲੱਗੀ ਕਿਤੇ? ਜੇਲੇ ਮੈਂ ਭਰਤਾ ਹੋਇਆ ਤੇ ਘਰ ਦੇ ਰਹਿ ਗਏ, ਉਹ ਬਾਅਦ ਉੱਥੇ ਅਟੈਕ ਤੇ ਹੋਇਆ ਅਗਸਤ ਵਿੱਚ ਤੇ ਮੈਂ ਤਾਂ ਸਰਦਾਰੀ ਚ ਭਰਤੀ ਹੋ ਗਈ ਜੀ। ਤੁਹਾਡੀ ਡਿਊਟੀ ਕਿੱਥੇ ਕਿੱਥੇ ਹੁੰਦੀ ਸੀ ਫਿਰ? ਡਿਊਟੀ ਆਹੋ ਡਿਊਟੀ ਦੀ ਗੱਲ ਤਾਂ ਪੁੱਛੋ, ਮੈਂ ਜਲੰਧਰ ਤੋਂ
ਮੈਂ ਟ੍ਰਾਂਸਫਰ ਹੋ ਗਿਆ ਮਿਲਟਰੀ ਪੁਲਿਸ ਵਿੱਚ, ਜਿਹੜੇ ਐਸ ਪੀ ਵਿੱਚ ਮਿਲਟਰੀ ਪੁਲਿਸ ਵਿੱਚ ਚਲਾ ਗਿਆ ਮੈਂ। ਉਹਦਾ ਸੈਂਟਰ ਸੀ ਅਯੁੱਧਿਆ ਫੈਜ਼ਾਬਾਦ, ਅਤੇ ਫੈਜ਼ਾਬਾਦ ਮੈਂ ਰਿਹਾ ਤਕਰੀਬਨ ਕੋਈ 12 ਸਾਲ ਸੈਂਟਰ ਵਿੱਚ ਹੀ ਰਿਹਾ ਮੈਂ। ਉਸ ਤੋਂ ਬਾਅਦ ਮੈਂ ਜੰਮੂ ਆਇਆ, ਜੰਮੂ ਤੋਂ ਸ੍ਰੀਨਗਰ ਗਿਆ, ਸ੍ਰੀਨਗਰ ਤੋਂ ਫਿਰ ਉਹ ਮਹਾਦੇਵ ਵਗੈਰਾ ਸਾਰਾ ਘੁੰਮਿਆ, ਟੰਗਦਾਰ ਵਗੈਰਾ ਸਾਰਾ ਘੁੰਮ ਗਿਆ, ਅਤੇ ਫਿਰ ਮੈਂ ਜਲੰਧਰ ਆ ਗਿਆ। ਜਲੰਧਰ ਫਿਰ ਮੈਂ ਸੈਂਟਰ ਆ ਗਿਆ, ਉੱਥੋਂ ਫਿਰ ਉੱਥੋਂ ਨਿਕਲਿਆ, ਫਿਰ ਮੱਧਿਆ ਪ੍ਰਦੇਸ਼ ਚਲਾ ਗਿਆ, ਉੱਥੋਂ ਰਹਿ ਕੇ ਅਤੇ ਪੈਨਸ਼ਨ ਲੈ ਕੇ ਫਿਰ ਵਾਪਸ ਆ ਗਿਆ ਇੱਥੇ ਆ ਕੇ ਫਿਰ। ਹਾਂਜੀ, ਜਦੋਂ ਰੌਲੇ ਪਏ ਸਨ ਉਦੋਂ ਡਿਊਟੀ ਲੱਗੀ ਸੀ ਕਿਤੇ? ਰੌਲਿਆਂ 'ਚ ਡਿਊਟੀ ਲੱਗੀ ਤਾਂ ਉਹਨਾਂ ਰਿਕਰੂਟ ਸੀ ਅਸੀਂ, ਉਹਨਾਂ ਸਾਡੀ ਡਿਊਟੀ ਨਹੀਂ ਲੱਗੀ ਤੇ ਡਿਊਟੀ। ਹਾਂਜੀ ਹਾਂਜੀ। ਅੱਛਾ, ਵੇਲਾ ਉਹ ਚੰਗਾ ਹੁੰਦਾ ਸੀ ਕਿ ਹੁਣ ਚੰਗਾ? ਹੈਂ, ਵੇਲਾ ਉਹ ਪੁਰਾਣਾ ਚੰਗਾ ਹੁੰਦਾ ਸੀ ਕਿ ਹੁਣ ਚੰਗਾ? ਵੇਲਾ ਟਾਈਮ ਚੰਗਾ ਉਹ ਹੁੰਦਾ ਸੀ ਕਿ ਹੁਣ ਹੈ? ਟਾਈਮ ਇੱਦਾਂ ਹੈ, ਫੋਨ 'ਚ ਟਾਈਮ ਹੈ ਜਿਹੜਾ ਪਾਸ ਹੋ ਜਾਂਦਾ ਹੈ। ਨਹੀਂ, ਉਹ ਪਿੰਡ ਵਾਲਾ ਪਾਕਿਸਤਾਨ ਵਾਲਾ ਟਾਈਮ ਉਹ ਚੰਗਾ ਸੀ? ਉਹ ਟਾਈਮ ਹੈ ਜਿਹੜਾ ਉਹ ਠੀਕ ਸੀ, ਜਦੋਂ ਪਾਕਿਸਤਾਨ ਦੇਸੀ ਬਣਿਆ ਤਾ ਉਹਨੇ ਪਿੰਡਾਂ ਵਿੱਚ ਆਪਣਾ ਪ੍ਰਭਾਵ ਸੀ, ਪਿੰਡਾਂ ਵਿੱਚ ਸਬਾਕ ਵੀ ਥਾ। ਉੱਥੇ ਇੱਦਾਂ ਹੈ ਵੀ ਅਗਰ ਕੋਈ ਮਰ ਜਾਂਦਾ ਸੀ ਨਾ ਅਤੇ ਢੋਲੀ ਆ ਜਾਂਦਾ ਸੀ, ਢੋਲ ਵਜਾਉਂਦਾ ਸੀ, ਅਤੇ ਜਿੱਥੇ ਜਿੱਥੇ ਢੋਲ ਦੀ ਆਵਾਜ਼ ਜਾਵੇ ਉੱਥੋਂ ਉੱਥੋਂ ਆਦਮੀ ਆ ਜਾਣੇ। ਉਹਨਾਂ ਨੇ ਇੱਕ ਲੱਕੜੀ ਮੂਹਰੇ ਰੱਖਣੀ ਅਤੇ ਲੈ ਆਉਣੀ ਹੈ, ਅਤੇ ਉਸ ਆਦਮੀ ਦਾ ਸੰਸਕਾਰ ਕਰਦਾ ਅਤੇ ਉਹਨਾਂ ਜਾਣਾ ਹੈ। ਅਤੇ ਉਸ ਟਾਈਮ ਦੇ ਉੱਪਰ ਆਪੇ ਵਿੱਚ ਹੀ ਜਿਹੜਾ ਸਬਾਕ ਹੈ ਜਿਹੜਾ ਇਹ ਬਹੁਤ ਭਾਈਚਾਰਾ ਵਧੀਆ ਸੀ। ਪਿੰਡ ਵੇਖਣਾ ਵਾ? ਪਿੰਡ ਹਾਂਜੀ, ਪਿੰਡ ਵੇਖਣਾ ਚਾਹੁੰਦੇ? ਵੀਡੀਓ ਦੇਖਣੀ ਹੈ ਪਿੰਡ ਦੀ? ਪਿੰਡ, ਆਹੋ ਪਿੰਡ ਦੀ ਵੀਡੀਓ ਦੇਖਣੀ ਹੈ, ਫਿਲਮ ਵੇਖਣੀ ਪਿੰਡ ਦੀ? ਪਿੰਡ ਕੋਈ ਇੰਨਾ ਬੜਾ ਪਿੰਡ ਨਹੀਂ ਸੀ, ਇਹ ਵੀ ਛੋਟਾ ਸੀ, ਛੋਟਾ ਪਿੰਡ ਸੀ। ਪਿੰਡ ਦੀ ਫਿਲਮ ਹੈ? ਆਹੋ ਵੇਖਣੀ ਜੇ ਹੋਈ, ਜਿਲ੍ਹਾ ਤੁਸੀਂ ਵੱਡਾ ਦੇਖਣੀ ਹੈ ਜੇ ਜੀਦੇ ਰਹਿ ਕੇ ਦੇਖ ਲੈ ਵਾ, ਜੇ ਮਰ ਕੇ ਦੱਸ ਦੇ ਠੀਕ, ਜੇ ਜੀਦੇ ਰਹਿ ਗਏ ਤੇ ਜੋ ਕੁਛ ਮੈਂ ਤੁਹਾਨੂੰ ਦੱਸਿਆ ਹੈ ਇਹ ਸਾਨੂੰ ਦੇਖਣ ਨੂੰ ਮਿਲ ਜਾਏਗਾ। ਅਸੀਂ ਧੰਨਵਾਦ ਕਰਾਂਗੇ ਤੁਹਾਡਾ। ਚਲੋ ਠੀਕ ਹੋ ਗਿਆ ਬਾਪੂ ਜੀ, ਚਲੋ ਠੀਕ ਹੈ, ਚੰਗਾ, ਸਤਿ ਸ਼੍ਰੀ ਅਕਾਲ।